असलम नाजीन उम्मीद करना सारे सोने दिलप सिर महताब चौधरी नवीं इंटरस्टिंग नाजीन इस टाइम मौजूद हाँ चकसवाली ने ना लिखे चक्सवाली के बाईपास रोड बन बरुटिया रोड पर मौजूद हाँ तो हालिया बादशाह तबाहकार उस झलक से दस रोड़ हालात की ਉਤ ਸਨ ਆਪੇ ਤੱਕ ਸੋ ਤੇ ਥੋ ਜਨ ਅੰਦਾਜ਼ਾ ਉਸੇ ਸੋngੀ ਮਾਰੇ ਪਿਛੇ ਤੱਕ ਹੀ ਸਕਣਿਓ ਇਹ ਤੁਸੋngੀ ਸੋਚਣੇ ਉਸੋਗੇ ਕੋਈ ਕਸ ਸੈਸ਼ਨ ਲੱਗਿਆ ਲੇਕਿਨ ਇਹ ਕਸ ਨਹੀਂ ਹੈ ਇਹ ਰੋਡ ਹੈ ਥੋ ਜੀ ਇਸ ਸਾਈਡ ਸੋ ਕੈਮਰਾ ਕਦਾ ਮਾਰੋ ਤਾ ਇਹ ਤਾਂ ਕੀ ਸਕਣਿਓ ਜੀ ਇਹ ਲੁਕਣੀ ਰੋਡ ਸੀ ਇਹ ਸਾਰੀ ਪੱਜ ਤਰੁਤਰਾਂ ਸ਼ਿਕਾਰ ਹੈ ਤੇ ਜਿਹੜੀਆਂ ਹਾਲੀਆ ਬਾਰਸ਼ਾਂ ਹੋਈਆਂ ਨਾ ਇਨਾਂ ਵਿੱਚ ਤੱਕ ਹੀ ਸਕਣਿਓ ਇਸਨੇ ਕਿਤਨੀ ਇਸ ਰੋਡ ਨੇ ਬਰਬਾਦੀ ਹੋਈ ਹੈ ਹਸਤਾ ਹਾਲ ਰੋਡਸ ਹੋਏ ਆਪਣਾ ਆਪ ਦਸਨੀਆਂ ਲੱਗੀ ਹੋਈ ਇਹ ਤਾਂ ਕੀ ਸਕਣਿਓ ਕੱਡਾ ਬੜਾ ਖੱਡਾ ਪਿਆ 1.5 ਫੁੱਟ ਡੁੰਗਾ ਦਾ ਖੱਡਾ ਪਿਆ ਇਧਰ ਤਾਂ ਕੀ ਸਕਨੇ ਹੋ ਕਿ ਸਾਰੀ ਰੋਡ ਭਜੀ ਵੀ ਹੈ ਤਾਂ ਇਹ ਜਿਹੜੇ ਆਸ ਪ੍ਰੋਸ ਵਿੱਚ ਮਕਾਨ ਹੈ ਇਨਾਂ ਨੂੰ ਤਾਂ ਕਾਫੀ ਦੁਸ਼ਵਾਰੀ ਹੋਸੀ ਕਿਉਂਕਿ ਨਾ ਅੱਗੂ ਇਥੇ ਰਸਤਾ ਅੱਛੀ ਸਕੇ ਨਾ ਇਧਰ ਪਿਛੋਂ ਜਰਣਾ ਰਸਤਾ ਅੱਛੀ ਸਕੇ ਨਾ ਪਿਛਨੀ ਵੀ ਜਰਣੀ ਹੈ ਨਾ ਥੋੜੀ ਕਲਿੱਪ ਆਬਿਊਸ ਐਡ ਕਰ ਦਸਾਂ ਕਿ ਪਿਛੋਂ ਵੀ ਜਰਣਾ ਸਾਰੀ ਭਜੀ ਤਰੁੱਟੀ ਵੀ ਰੋਡ ਹੈ ਤਾਂ ਇਹ ਤਾਂ ਕੀ ਸਕਦੇ ਹੋ ਅਗਰ ਸੋងੇ ਜੋਲਿਆ ਥੋਜੇ ਜਰੇ ਬੜੇ ਖੱਡੇ ਉਥੇ ਹੀ ਦੱਸਨੇ ਆ ਜੀ ਨਾ ਜਿੰਦ ਕਿ ਸਕਣੋ ਕਿਤਨਾ ਬੜਾ ਖੱਡਾ ਪਿਆ ਤੇ ਰੋਡਾਂ ਬੜੇ ਮਾਰੇ ਹਲਾਤ ਹਨ ਉਧਰ ਤੱਕ ਜਿੰਦ ਸਾਰੇ ਪਾਸੇ ਬਿਲਕੁਲ ਰੋਡ ਮੁਕੰਮਲ ਹੋ ਪਰ ਜਿੱਤ ਰੁਟੀ ਗਈ ਹੈ ਤਾਂ ਇਸ ਵਿੱਚ ਇਹ ਸੇ ਜ਼ਰੂਰ ਬਸਾਂ ਕਿ ਇਹ ਸਾਬਕ ਵਜ਼ੀਰ ਆਜ਼ਮ ਨਾਲ ਹਲਕਾ ਐਲਰਟ ਚਕਸਵਾਰੀ ਨਹੀਂ ਰੋਡ ਹੈ ਵਜ਼ੀਰ ਆਜ਼ਮ ਇਥੇ ਹੋਏ ਗੁਜ਼ਨ ਤਾਂ ਉਹਨਾਂ ਇਹਨਾਂ ਦੇ ਜਿਹੜੇ ਬੇਟੇ ਨੇ ਇਹ ਐਮ ਐਲ ਏ ਸਾਬਨ ਤਾਂ ਬਿਲਾ ਸ਼ੁਬਾ ਉਹਨਾਂ ਕੋ ਚੰਗੇ ਕੰਮ ਵੀ ਕੀਤੇ ਨੇ ਲੇਕਿਨ ਇਹ ਉਹਨਾਂ ਕੀ ਰਿਕੁਐਸਟ ਕਰਸਾ ਇਸ ਰੋਡਾ ਨਾ ਤਾਂ ਬਾਕੀ ਵੀ ਜਿੱਥੇ ਵੀ ਮਸਾਇਲ ਹਨ ਕਿ ਜਿਹੜੇ ਹਕਮਰਾਨ ਹਨ ਉਹਨਾਂ ਨੇ ਇਹ ਰਿਸਪੌਂਸਿਬਿਲਟੀ ਹੈ ਕਿ ਜਿਹੜੇ ਆਪਣੇ ਇਲਾਕੇ ਨੇ ਤਾਂ ਉਹਨਾਂ ਨੇ ਮਸਾਇਲ ਕੀ ਜਾਗਰ ਵੀ ਕਰਨ ਤਾਂ ਉਹਨਾਂ ਕੀ ਹੱਲ ਕਰਨ ਦੀ ਕੋਸ਼ਿਸ਼ ਵੀ ਕਰਨ ਤਾਂ ਦੂਵਾ ਨੰਬਰ ਸੋ ਕਿ ਇਹ ਜ਼ਰੂਰ ਬਾਸਾ ਕਿ ਜਿੱਥੇ ਹਕਮਰਾਨਾਂ ਨੇ ਗਫਲਤ ਹੈ ਉੱਥੇ ਕੁਝ ਕਸੂਰ ਆਵਾਮਣਾ ਵੀ ਹੈ ਇਧਰ ਨਾਲ ਸੋ ਤੱਕ ਹੀ ਸਕਣੇ ਹੋ ਇੱਕਸ ਜਾਣਾ ਲੱਗਿਆ ਇਹ ਤੱਕ ਹੀ ਸਕਣੇ ਹੋ ये तक ही सकने हो जी ये जो नाला है इसके ऊपर ना ऊपर कड़ी तो ऊपर बाड़ी भी नहीं बी है ये तक ही कि ये पानी कूदा जाए इधर तक ही सकने हो। कुदरती नाला सी तो इधर तक ही देखी इधर भी मकान बनी गए इस साइड भी मकान हैं ये पहले कुदरती काफ़ी जरा बड़ा नाला होना सी ते अजकल लोग फिर उत मकान बनाई कि कब्जे करे कि कस जो बचे कोई नहीं नाले न ना खत्म हो गए ਉਹ ਜਰਾਨਾ ਨੱਲਾ بارشਾਂ ਹੋਣੀਆਂ ਉਸੇ وجہ ਤੋਂ ਪਾਣੀ ਸਾਰਾ ਸਰਕਾਂ ਪਰ ਆਇਆ ਲੋਕਾਂ ਦੇ ਮਕਾਨਾਂ ਚ ਬਨਾਇਆ ਲੋਕ ਵੀ ਮੁਸ਼ਕਲ ਵਿੱਚ ਅਸਨੇ ਤਾਂ ਜਰਾਨਾ ਸਰਕਾਂ ਵੀ ਡੈਮੇਜ ਹੋਣੀਆਂ ਇਹ ਤੱਕ ਹੀ ਸਕਨੇ 3 ਫੁੱਟ 4 ਫੁੱਟ ਦਾ ਨੱਲਾ ਪੇ ਆਇਆ ਏ ਸਾਈਡੋਂ ਤੱਕ ਹੀ ਸਕਨੇ ਹੋ ਇਹ ਰੋਡ ਇਥੋਂ ਮੁਕਮਲ ਹੋ ਪੱਜੀ ਰੁੱਟੀ ਕੀ ਹੈ ये जी ये रोड है अपर कंक्रीट नहीं सी लेकिन पानिया का प्रेशर इतना सख्त है दूस नंबर इस पुली है एक मिनट जरा इधर अच्छी तरह कैमरा मारो ए पुली जरिए यह भी थोड़ी जी आवाम की पता लगे ए पुली पानिया का जो प्रेशर है उसकी बर्दाश्त नहीं कर सकनी काफ़ी निकी पुली है क्योंकि इधर रोड है इधर तो इधर इन कुछ मकान बनाया वा ਇਹ ਜਿਹੜਾ ਚੱਕੀ ਸਗਨੇ ਇੱਧਰ ਵੀ ਗਲਾ ਹੋਇਆ ਵਾ ਇਹ ਗਲਾ ਹੋਇਆ ਵਾ ਤੇ ਤੁਹਾਨੂੰ ਸਮਝਾਰੋ ਕਿ ਫੁੱਲੀ ਕਿੰਨੀ ਦੇ ਦਾ ਖਲਸੀਤ ਹੈ ਤੇ ਇਹ ਸਾਰੀ ਲਾਂ ਵਿੱਚ ਇਸਾ ਤਰੀਕੇ ਨਾਲ ਕਾਫੀ ਲੋਕਾਂ ਜੀ ਇਹਨਾਂ ਪਰ ਪੁਲੀਆਂ ਛੁੜੀਆਂ ਬਰਈਆਂ ਮਕਾਨ ਮੋੜੇ ਦਾ ਦੁਕਾਨਾਂ ਵਗੈਰਾ ਬਣੀਆਂ ਜਿਹੜਾ ਕਿ ਬਿਲਾ ਸ਼ੁਭਾ ਗੈਰ ਕਾਨੂੰਨੀ ਹੈ ਤੇ ਹਕੂਮਤ ਵੀ ਜਿਲੇ ਲੋਕ ਕੋਈ ਜਗ੍ਹਾ ਮਿਲਨੇ ਹੋਣੇ ਉਸ ਵੇਲੇ ਹਮੋਸ਼ ਰਹਿਣੀ ਹੈ ਲੈ 10 15 ਸਾਲ ਗੁਜ਼ਰੀ ਨੇ ਉਹ ਲੈ ਉਹਨਾਂ ਦੀ ਯਾਦ ਅਸ਼ ਨੇ ਐਕਸ਼ਨ ਕਿ ਨੇਮਸ ਹੈ ਜਿਸ ਵੇਲੇ ਕੋਈ ਫਾਇਦਾ ਨਹੀਂ ਬਲਕਿ ਆਵਾਮ ਕੀ ਉਸ ਵੇਲੇ ਤਕਲੀਫ ਹੋਣੀ ਹੈ ਜਿਹੜਾ ਇੱਕ ਇਸਮ ਨਾ ਆ ਹੀ ਸਕਣੇ ਉਸ ਨੇ ਜ਼ਿੰਮੇਦਾਰ ਹਕੂਮਤ ਹੀ ਹੈ ਕਿਉਂਕਿ ਜਿਸ ਵੇਲੇ ਲੋਕ ਕੋਈ ਇਹ ਜਾ ਕੰਮ ਕਰਨੇ ਉਸ ਟਾਈਮ ਪਰ ਉਹਨਾਂ ਕੀ ਰੋਕਣੀ ਨਹੀਂ ਤੇ ਇਹ ਰੋਡ ਸਾਂ ਕਿ ਸਕਣੇ ਹੋ ਪਿੱਛੇ ਉਧਰ ਵੀ ਤਾਂ ਕੀ ਸਕਣੇ ਹੋ ਬੱਟੇ ਬੱਟੇ ਹੋਏ ਵੇ ਕਸ ਬੰਤੇ ਆ ਸਾਰਾ ਵੈਲਕਮਸ ਨੂੰ ਸਗਨੇਓ ਬਰਨਾਲਾ ਬੱਟੀਆਂ ਰੋਡ ਜਿਹੜੀ ਲਿੰਕ ਰੋਡ ਹੈ ਚਕਸਵੈਣੀ ਦਾ ਬਾਈਪਾਸ ਰੋਡ ਤੇ ਇਸਨੇ ਹਾਲ ਤੱਕ ਕਿ ਸਕਨੇਓ ਬੜੇ ਮਾਰੇ ਹਾਲ ਤੈਂ ਅੰਕਾ ਸੋਜੀ ਤੁਸੀਂ ਦੱਸਨੇ ਆ ਇਸ ਸਾਈਡ ਵੀ ਥੋੜੀ ਇਹ ਜੀ ਪੁਲੀ ਹੈ ਇਹ ਤਾਂ ਕੀ ਕਿਨੋ ਰੋਡ ਤੋਂ ਕਿਤਨੀ ਉੱਚੀ ਹੈ ਇਧਰ ਮਕਾਨ ਹੈ ਇਨਾ ਆਪਣੀ ਸੇਫਟੀ ਵਾਸਤੇ ਹੈ ਤੇ ਜਿਹੜਾ ਆਸੇਸੀ ਦੀਵਾਰ ਤੇ ਬਣੇ ਕੀਂਦੀ ਹੈ ਲੇਕਿਨ ਜਦ ਆ ਪਾਣੀ ਹੈ ਪਾਣੀ ਗੁਜ਼ਰਸੀ ਉਗਤੋਂ ਗੁਜ਼ਰਸੀ ਉਸ ਨਾਲ ਨਿਕਾਸੀ ਵਾਸਤੇ ਕੋਈ ਨਾ ਕੋਈ ਤਾਂ ਉਸ ਆਪਣਾ ਰਸਤਾ ਬਣਾਣਾ ਹੋਣਾ ਹੈ ਜਦ ਉਸਕੇ ਰਸਤਾ ਨਹੀਂ ਲੱਭਣਾ ਤਾਂ ਫਿਰ ਉਸ ਰੋਡਾਂ ਪਾਣੀਆਂ ਮਕਾਨਾਂ ਚ ਬੰਨਾ ਨਾ ਕਾ ਕਰੇ ਪਾਣੀ ਭਾਈ ਰੋਡ ਤੇ ਗੀ ਸਕਨੇ ਹੋ ਉਹ ਗਾਜੀਆਂ ਸਾਰੀ ਭੱਜੀ ਤਰੁੱਟੀ ਹੋਈ ਹੈ ਬਿਲਕੁਲ ਤੱਕੀ ਸਕਨੇ ਹੈ ਇਧਰ ਪੱਥਰਾਂ ਨਾਲ ਕਾਫੀ ਸਟਾਕ ਪਿਆ ਜਿਹੜਾ ਪੁਰਾਣਾ ਕਸਾ ਹੈ ਸਾਰੀ ਜਿਹੜੀ ਰੋਡ ਹੈ ਇਹ ਕਸੇ ਵਿੱਚ ਹੀ ਬਣਤੀ ਹੋਈ ਹੈ ਜਿਹੜੇ ਕਸਨ ਕਸਾ ਕੀ ਪਹੁੰਚਾ ਹੋਣਾ ਚਾਹੀਦਾ ਬਾਕੀ ਇਹਨਾਂ ਵਿੱਚ ਜਿਹੜਾ ਮਲਬਾ ਆ ਉਸकी ਬਕਾਇਦਗੀ ਨਾਲ ਸਫਾਈ ਸੁਥਰੀ ਹੋਣੀ ਚਾਹੀਦੀ ਹੈ ਤਾਂ ਕਿ ਪਾਣੀ ਨੇ ਗੁਜ਼ਰਗਾ ਵਸਤਾ ਉਸਕੀ ਰਸਤਾ ਦਿੱਟ ਜਾਏ ਦੁਬਾਰਾ ਨਾ ਜਿਹੜਾ ਪਾਣੀ ਹੈ بارش ਦਾ ਪਾਣੀ ਹੈ ਇਸ ਕੀ ਸਟੋਰ ਕਰਨੇ ਹੋ ਸਕਦਾ ਕੋਈ ਛੋਟੇ ਮੋਟੇ ਰਿਜ਼ਰਵਾਇਰ ਵੀ ਬਣਾਣੇ ਚਾਹੇ ਲੇਕਿਨ ਇਹ ਲੰਮੀਆਂ ਸੋਚਣ ਇਹ ਤਰੱਕੀ ਯਾਫਤਾ ਮੁਲਕ ਤੇ ਜਿਹੜੇ ਇਹਨਾਂ ਜ਼ਿੰਦਾ ਕੌਮ ਇਹ ਗੱਲਾਂ ਸੋਚੀਆਂ ਅਸਾਂ ਮੁਰਦਾ ਲੋਕਾਂ ਅਸਾਂ ਨੇ ਗੱਲ ਸੀ ਨਹੀਂ ਕਿ ਇਹ ਚੀਜ਼ਾਂ ਸੋਚਾਂ ਬਸ ਅਸਾਂ ਕੀ ਇਹ ਹੈ ਕਿ ਅਸਾਂ ਆਪਣੀ ਜਿਹੜੀ ਹੈ ਚਾਰ ਦਿਵਾਰੀ ਉਹ ਮਜ਼ਬੂਤ ਕਰਨੀ ਹੈ ਇਹ ਤਾਂ ਕਿ ਕਿਨੋ ਇਹਨਾਂ ਬੰਦ ਬਨੇ ਕਿ ਨਾ ਆਪਣਾ ਪਿੱਛੇ ਮਕਾਨ ਨਾ ਬਨੇ ਕਿੰਦੇ ਮੁਰਦੇ ਇੱਦਾਂ ਤੱਕ ਹੀ ਸਕਣੇ ਹੋ ਸਾਰੇ ਹਰ ਬੰਦਾ ਇਥੇ ਆਪਣਾ ਸੋਚਣਾ ਲੀਡਰ ਆਪਣੇ ਸੋਚੇ ਉਹਨਾਂ ਕੀ ਵਿਚਲਾ ਵੋਟਾਂ ਟਾਈਮ ਇਸ ਤਰ੍ਹਾਂ ਉਹ ਲੋਕਾਂ ਨੇ ਕਾਰਜ ਜਾਣੇ ਤਾਂ ਉਸ ਵੇਲੇ ਇਹ ਹੋਣਾ ਕਿ ਤੁਸੀਂ ਅਸੀਂ ਟੈਲੈਂਟ ਬਣਾਈ ਦੇ ਸਾਂ 10 ਵੋਟ ਸਾਰੇ ਤੇ ਇਹ ਸਾਰਾ ਕਲਚਰ ਹੈ ਜੀ ਤੇ ਜ਼ਬਰਦਸਤ ਕਲਚਰ ਹੈ ਤੇ ਰੇਸੀ ਵੀ ਸਾਰਾ ਕਿਉਂਕਿ ਅਸਾਂ ਸੁੱਤੇ ਵੀ ਲੋਕਾਂ ਅਸਾਂ ਦੀ ਨਿੰਦਰ ਆਪਣੀ ਬੜੀ ਪਿਆਰੀ ਹੈ ਇਸ ਨਾਲ ਹੀ ਮੇਸਨ ਮੇਜ਼ਬਾਨ ਦਿਪਸੇਨ ਮਾਤਾ ਚੌਧਰੀ ਜਸਕਿੰਸਾਂ ਮੈਂ ਸਾਂ ਇੱਕ ਨੈਕਸਟ ਵੀਡੀਓ ਦੁਆ ਯਾਦ ਰੱਖੇ ਅੱਲਾ ਸੋਨੇ ਵਾਲਾ